ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਹਿੰਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਟੂਰਿਸਟ ਲੰਡਾ ਇੰਸਟਾਗ੍ਰam ਫੇਸਬੁਕ ਤੇ YouTube ਚੈਨਲ ਦੋਸਤੋ ਇਹ ਸਾਡੀ ਵੀਡੀਓ ਹੁੰਦੀ ਹੈ Q&A ਯਾਨੀ ਕਿ ਕੁਐਸਚਨ ਤੇ ਆਂਸਰ ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਤਾਂ ਮੈਂ ਸਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ ਚ ਦੇਣਾ ਹੁੰਦਾ ਹੈ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦਾ Q&A ਨੋਨੀ ਗੋਤਮ ਲਿਖਦੇ ਨੇ ਸਰ ਮੇਰੀ ਗਵਰਨਮੈਂਟ ਜੌਬ ਹੈ ਪਰ ਬੈਂਕ ਬੈਲੈਂਸ ਨਹੀਂ ਹੈ ਤਾਂ ਮੇਰਾ ਕੈਨੇਡਾ ਕਾ ਵੀਜ਼ਾ ਮਿਲ ਜਾਏਗਾ ਪਲੀਜ਼ ਬਤਾਣਾ ਦੇਖੋ ਜੇ ਤੁਹਾਡੀ ਗਵਰਨਮੈਂਟ ਜੌਬ ਹੈਗੀ ਹੈ ਗਵਰਨਮੈਂਟ ਜੌਬ ਨਾਲ ਕੀ ਹੈ ਤੁਹਾਡਾ ਜਿਹੜਾ এমਪਲॉयਮੈਂਟ ਸਟੇਟਸ ਹੈ ਉਹ ਵਧੀਆ ਹੋ ਜਾਂਦਾ ਹੈ ਕਿਉਂਕਿ ਐਮਬੈਸੀ ਵੀਜ਼ਾ ਦੇਣ ਲੱਗੇ ਹੈ ਇਹ ਚੀਜ਼ ਦੇਖਦੀ ਹੈ ਕਿ ਤੁਹਾਡੇ ਕੋਲ ਇੰਡੀਆ ਚ ਇਸ ਤਰ੍ਹਾਂ ਦਾ ਕੀ ਹੈ ਕਿ ਤੁਸੀਂ ਵਾਪਸ ਮੁੜ ਕੇ ਆਉਂਗੇ ਸੋ ਜਦੋਂ ਤੁਹਾਡੇ ਕੋਲ ਗਵਰਨਮੈਂਟ ਜੌਬ ਹੋ ਜਾਂਦੀ ਹੈ ਤਾਂ ਤੁਹਾਡਾ এমਪਲॉयਮੈਂਟ ਕਨਫਰਮ ਹੋ ਜਾਂਦਾ ਹੈ ਸੋ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਤੁਹਾਡੇ ਕੋਲ ਪੱਕੀ ਜੌਬ ਹੈ ਠੀਕ ਹੈ ਜੀ ਤੁਹਾਡੇ ਚਾਂਸਸ ਬਣ ਜਾਂਦੇ ਨੇ ਬੈਂਕ ਬੈਲੈਂਸ ਦੀ ਕੋਈ ਵੱਡੀ ਦਿੱਕਤ ਨਹੀਂ ਹੁੰਦੀ ਬੈਂਕ ਬੈਲੈਂਸ ਅਰੇਂਜ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਨਵਾਂ ਬੈਂਕ ਬੈਲੈਂਸ ਵੀ ਸ਼ੋ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੈਂਕ ਸਟੇਟਮੈਂਟ ਦੀ ਥਾਂ ਤੇ ਬੈਂਕ ਬੈਲੈਂਸ ਸਰਟੀਫਿਕੇਟ ਦੇ ਕੇ ਨਵਾਂ ਬੈਲੈਂਸ ਦਿਖਾ ਸਕਦੇ ਹੈਗੇ ਹੋ ਜੀ ਅਗਲਾ ਕਮੈਂਟ ਹੈ ਜੀ ਸੁਖਚੰਦ ਸਿੰਘ ਦਾ ਲਿਖਦੇ ਨੇ ਫਸਟ ਟਾਈਮ ਆਈ ਵਾਚ ਯੂਰ ਵੀਡੀਓ ਯੂਰ ਥੰਬਨੇਲ ਸ਼ੋਇੰਗ ਹਾਊ ਟੂ ਅਪਲਾਈ ਕੈਨੇਡਾ ਵੀਜ਼ਾ ਵਿਦ ਫੈਮਿਲੀ ਆਈ ਵਾਚ ਵੀਡੀਓ ਆ ਓਕੇ ਥੈਂਕ ਯੂ ਥੈਂਕ ਯੂ ਵੈਰੀ ਮੱਚ ਤੁਸੀਂ ਵੀਡੀਓ ਦੇਖਦੇ ਹੋ ਜੀ ਬਹੁਤ ਵਧੀਆ ਥੈਂਕ ਯੂ ਅਗਲਾ ਕਮੈਂਟ ਹੈਗਾ ਜੀ ਪਰਸ਼ੋਤਮ ਸਿੰਘ ਦਾ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਮੈਂ 10ਵੀਂ ਪਾਸਾਂ ਜੀ ਕੈਨੇਡਾ ਦਾ ਖੇਤੀਬਾੜੀ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਜੀ ਮੈਂ ਪਹਿਲਾਂ ਇਟਲੀ ਵਿੱਚ ਡੇਰੀ ਦਾ ਕੰਮ ਕੀਤਾ ਹੋਇਆ ਹੈ 1 ਸਾਲ ਮੇਰਾ ਮੇਰੇ ਅਮਰੀਕਾ ਦੇ ਪੇਪਰ ਵੀ ਅਪਲਾਈ ਹੋਏ ਹੋਏ ਆ ਮੇਰੀ ਭੈਣ ਨੇ ਕੀਤੇ ਹੋਏ ਆ ਪਰ 2 ਸਾਲ ਰਹਿੰਦੇ ਆ ਮੈਂ ਕਰ ਸਕਦਾ ਜੀ ਦੇਖੋ ਜੇ ਤੁਹਾਡੇ ਅਮਰੀਕਾ ਦੇ ਪੇਪਰ ਅਪਲਾਈ ਹੋਏ ਹੋਏ ਨੇ ਜੀ ਫਿਰ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਨਾ ਕਰੋ ਕਿਉਂਕਿ 2 ਸਾਲਾਂ ਬਾਅਦ ਤੁਹਾਡਾ ਅਮਰੀਕਾ ਦਾ ਹੀ ਨਿਕਲ ਜਾਊਗਾ ਕਿਉਂਕਿ ਜਦੋਂ ਤੁਸੀਂ ਇੱਥੇ ਅਪਲਾਈ ਕਰੋਗੇ ਤਾਂ ਜਿਹੜਾ ਤੁਹਾਡਾ ਅਮਰੀਕਾ ਦੇ ਟਾਈਮ ਜੋ ਰਿਕਾਰਡ ਅੰਬੈਸੀ ਦੇ ਵਿੱਚ ਗਿਆ ਹੋਇਆ ਹੈਗਾ ਤੇ ਉਹੀ ਰਿਕਾਰਡ ਤੁਹਾਡਾ ਜਿਹੜਾ ਕੈਨੇਡਾ ਨੇ ਚੱਕ ਲੈਣਾ ਹੈ ਕਾਰਨ ਕੀ ਹੁੰਦਾ ਹੈ ਕਿ ਅਮਰੀਕਾ ਤੇ ਕੈਨੇਡਾ ਆਪਸ ਦੇ ਵਿੱਚ ਡਾਟਾ ਸ਼ੇਅਰਿੰਗ ਕਰਦੇ ਹੈਗੇ ਨੇ ਜੀ ਸੋ ਜੇ ਫਾਰਮ ਵੀ ਜੇ ਵਾਸਤੇ ਤੁਹਾਨੂੰ ਇੱਕ ਐਗਰੀਕਲਚਰ ਐਕਸਪੀਰੀਅੰਸ ਦਿਖਾਉਣਾ ਪੈਂਦਾ ਹੈ ਜੇ ਅਸੀਂ ਹੁਣ ਤੁਹਾਡਾ ਫਾਰਮ ਜੁਗ ਐਗਰੀਕਲਚਰ ਦਿਖਾ ਵੀ ਦੰਨੇ ਆ ਪਰ ਪਹਿਲਾਂ ਤੁਹਾਡਾ ਜਿਹੜਾ ਡਾਟਾ ਗਿਆ ਹੋਇਆ ਹੈ ਉਹ ਤੁਹਾਡੇ ਵਾਸਤੇ ਕਿਤੇ ਨਾ ਕਿਤੇ ਜਿਹੜੀ ਹੈਗਾ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈਗਾ ਸੋ ਜੇ ਤੁਹਾਡਾ ਜਿਹੜਾ ਟਾਈਮ ਜਾਦਾ ਰਹਿੰਦਾ ਹੋਵੇ ਹੈਨਾ ਤਾਂ ਤਾਂ ਗੱਲ ਵੀ ਹੈ ਹੁਣ ਜੇ ਤੁਹਾਡੇ 2 ਸਾਲ ਰਹਿ ਗਏ ਨੇ ਫਿਰ ਤੁਸੀਂ ਹਲੇ ਪੰਗਾ ਨਾ ਲਓ ਅਮਰੀਕਾ ਦਾ ਹੀ ਦੇਖ ਲਿਓ ਜੀ ਅਗਲਾ ਕਮੈਂਟ ਹੈ ਜੀ ਜਸਮੀਤ ਜਟਾਣਾ ਦਾ ਲਿਖਦੇ ਨੇ ਹੈਲੋ ਸਰ ਅ ਸਟੀਚਿੰਗ ਵਿਜੇ ਦੇ ਕੋਈ ਚਾਂਸਸ ਹੈਗੇ ਨੇ ਜੀ ਕੈਨੇਡਾ ਵਰਕ ਪਰਮਿਟ ਦੇ ਦੇਖੋ ਟੇਲਰ ਕਟਿੰਗ ਤੇ ਟੇਲਰਿੰਗ ਦਾ ਤੁਸੀਂ ਡਿਪਲੋਮਾ ਜਾਂ ਡਿਗਰੀ ਕੀਤਾ ਹੋਇਆ ਹੋਣਾ ਚਾਹੀਦਾ ਜੀ ਤੇ ਤੁਹਾਡੇ ਆਇਲੈਂਡ ਦੇ ਵਿੱਚ ਸਕੋਰ ਚਾਹੀਦੀ ਹੈਗੇ ਤਾਂ ਹੀ ਤੁਸੀਂ ਆਪਦਾ ਜਿਹੜਾ ਵੀਜ਼ਾ ਅਪਲਾਈ ਕਰ ਸਕਦੇ ਹੋ ਆਦਰਵਾਇਜ਼ ਜਿਹੜੀ ਹੈਗੀ ਐ ਦਿੱਕਤ ਹੈ ਮਨੀਸ਼ ਰਾਣੀ ਲਿਖਦੇ ਨੇ ਸਰ ਮੈਂ ਸੈਂਟਰਲ ਗਵਰਨਮੈਂਟ ਅਪਲਾਈ ਹੂੰ ਵਨ ਟਾਈਮ ਆਸਟ੍ਰੇਲੀਆ ਜਾ ਚੁੱਕਾ ਹੂੰ ਐਜ਼ ਅ ਟੂਰਿਸਟ ਯੂਐਸਏ ਲਈ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ चाहता हूँ मेरी सैलरी मंथली सेवेंटी सिक्स थाउजेंड है बट अकाउंट में थर्टी अकाउंट ही रिसीव हो रही है देखिए मनीष जी आप ऑस्ट्रेलिया जा चुके हैं इसलिए आपकी प्रोफाइल बहुत अच्छी है ऑस्ट्रेलिया के बेस पे ही आपको अमेरिका का वीज़ा मिल जाएगा कोई इशू वाली बात नहीं है क्योंकि जब हम अमेरिका जो है वो आपका अकाउंट कभी भी चेक नहीं करता ना ही आपकी सैलरी स्लिप चेक करेगा जो आप मेंशन करेंगे उसने वही चीज़ कंसीडर करनी है ये सारा कुछ आपको जो है दिखाना पड़ता है इंटरव्यू में बताना पड़ता है सो तो आप इंटरव्यू दे के अपना जो वीज़ा है वो ले सकते हैं अच्छा आपका स्टेटस अच्छा है गवर्मेंट इम्प्लाई हैं आप तो अच्छी बात है बलविंदर कौर लिख देने सर तुम बहुत वजिए तरीके समझाते हो गॉड ब्लैस यू थैंक यू बलविंदर जी थैंक यू वेरी मच अगला कमेंट है जी वीरपाल कौर का लिखते हैं सर मैं टूरिस्ट वीजा त फाइल लगानी है इक्की दसंबर को ਲਗਾਈਏ ਫਸਟ ਟਾਈਮ ਬਟ ਐਂਬੈਸੀ ਬੋਲ ਰਹੇ ਹੈ ਕਿ ਆਪकी बायोमेट्रिक ਹੈ ਸਰ ਅਸੀਂ ਉਹਨਾਂ ਨੂੰ ਮੇਲ ਕੀਤੀ ਹੈ ਨੋ ਕਿ ਮੇਰਾ ਫਸਟ ਟਾਈਮ ਹੈ ਬਟ ਸਰ ਅੱਜ 18 ਦਿਨ ਹੋ ਗਏ ਆ ਕੋਈ ਰਿਸਪਾਂਸ ਨਹੀਂ ਆਇਆ ਬਾਇਓਮੈਟ੍ਰਿਕ ਬਾਰੇ ਸਰ ਅਸੀਂ ਕੀ ਕਰੀਏ ਦੇਖੋ ਜੀ ਜਿੱਥੇ ਤੋਂ ਤੁਸੀਂ ਆਪਦੀ ਫਾਈਲ ਲਵਾਈ ਹੈ ਉਹੀ ਤੁਹਾਨੂੰ ਬਾਇਓਮੈਟ੍ਰਿਕ ਦੀ ਡੇਟ ਅਰੇਂਜ ਕਰਕੇ ਦੇਣਗੇ ਕਿਉਂਕਿ ਹੁਣ ਸਿਸਟਮ ਕੀ ਹੈ ਕਿ ਪਹਿਲਾਂ ਤੁਹਾਨੂੰ ਆਪਦੀ ਫਾਈਲ ਲਾਣੀ ਪੈਂਦੀ ਹੈ ਫਾਈਲ ਲਾਣ ਤੋਂ ਬਾਅਦ ਤੁਹਾਡਾ ਬਾਇਓਮੈਟ੍ਰਿਕ ਕੰਸਟਰਕਸ਼ਨ ਲੈਟਰ ਜਨਰੇਟ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਵੈਬ ਫਾਰਮ ਦੇ ਥਰੂ ਆਪਦੀ ਬਾਇਓਮੈਟ੍ਰਿਕ ਜਿਹੜੀ ਹੈਗੀ ਆ ਉਹ ਲੈ ਸਕਦੇ ਹੋ ਸੋ ਜਿੱਥੋਂ ਤੁਸੀਂ ਫਾਈਲ ਲਵਾਈਏ ਤੁਸੀਂ ਉਹਨਾਂ ਨਾਲ ਕੰਸਲਟ ਕਰਿਓ ਉੱਥੋਂ ਹੀ ਤੁਸੀਂ ਆਪ ਦਾ ਜਿਹੜਾ ਵੀਜ਼ਾ ਜਿੱਥੇ ਅਪਲਾਈ ਕਰਾਇਆ ਉਹੀ ਤੁਹਾਨੂੰ ਦੱਸਣਗੇ ਕਿ ਬਾਇਓਮੈਟ੍ਰਿਕ ਡੇਟ ਕਿਵੇਂ ਮਿਲਣੀ ਹੈ ਤੇ ਕਦੋਂ ਮਿਲਣੀ ਹੈ ਜੀ ਰਕੇਸ਼ ਦਿਰਦਰ ਲਿਖਦੇ ਨੇ ਸਰ ਅਪਲਾਈ ਟੂਰਿਸਟ ਵੀਜ਼ਾ 1 ਅਕਤੂਬਰ 2020 ਬਾਇਓਮੈਟ੍ਰਿਕ ਅਗਸਟ 2021 ਕਾਈਂਡਲੀ ਸੁਜੈਸਟ ਚਿਲड्रन ਪੀਆਰ ਨੇ ਦੇਖੋ ਤੁਹਾਡੀ ਫਾਈਲ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਜੀ ਤੁਸੀਂ 2020 ਦੀ ਫਾਈਲ ਲਾਈ ਹੋਈ ਹੈ 2022 ਆ ਗਿਆ ਸੋ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਆਪਣੀ ਫਾਈਲ ਵਿਡਰਾ ਕਰੋ ਦੁਬਾਰੇ ਫਾਈਲ ਲਾ ਲਓ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਹੋ ਸਕਦਾ ਜਿਹੜੀ ਪਿਛਲੀਆਂ ਫਾਈਲਾਂ ਦਾ ਕੁਝ ਵੀ ਨਾ ਬਣੇ ਕੋਈ ਰਿਜ਼ਲਟ ਨਾ ਆਵੇ ਸੋ ਜਿਸ ਨੂੰ ਜ਼ਿਆਦਾ ਟਾਈਮ ਹੋ ਗਿਆ ਫਾਈਲ ਲਾਇਆ ਨੂੰ ਉਹ ਆਪਣਾ ਜਿਹੜਾ ਹੈਗਾ ਵੀਜ਼ਾ ਦੁਬਾਰਾ ਤੋਂ ਅਪਲਾਈ ਕਰ ਲੈ ਵਿਡਰਾਅ ਅਪਲਾਈ ਫਾਈਲ ਕਰਕੇ ਤੁਸੀਂ ਦੁਬਾਰੇ ਤੋਂ ਅਪਲਾਈ ਕਰ ਸਕਦੇ ਹੋ ਹੁਣ ਜਿਹੜਾ ਹੈਗਾ ਇਸ ਟਾਈਮ ਜਿਹੜਾ ਸਿਨੈਰੀਓ ਵਧੀਆ ਚੱਲ ਰਿਹਾ ਇਸ ਟਾਈਮ ਜਿਹੜਾ ਹੈਗਾ ਵੀਜ਼ਾ ਉਹ ਆ ਰਹੇ ਨੇ ਰਿਜ਼ਲਟ ਵੀ ਫਾਸਟ ਆ ਰਹੇ ਨੇ ਸੋ ਤੁਸੀਂ ਹੁਣ ਅਪਲਾਈ ਕਰ ਦੋ ਵੀਜ਼ਾ ਤੁਹਾਡਾ ਜਿਹੜਾ ਹੈਗਾ ਆ ਜਾਏਗਾ ਅਗਲਾ ਕਮੈਂਟ ਹੈ ਜੀ ਮਨਦੀਪ ਸਿੰਘ ਦਾ ਲਿਖਦੇ ਨੇ ਸਰ ਮੈਂ ਪ੍ਰਾਈਵੇਟ ਜੌਬ ਕਰਦਾ ਜੀ ਮੇਰੀ ਸੈਲਰੀ ਅਕਾਊਂਟ ਵਿੱਚ ਆ ਰਹੀ ਹੈ 9100 ਰੁਪਏ ਪੈਂਦੇ ਨੇ ਕੰਪਨੀ ਵਾਲੇ ਆਈਟੀਆਰ ਐਂਡ ਦੋ ਦਿਨ ਹੋਏ ਨੇ ਮੈਂ ਮੈਂ ਵੀ ਭਰ ਦਿੱਤੀ ਹੈ ਕੋਈ ਚਾਂਸ ਹੈਗੇ ਨੇ ਜੀ ਪਰ 1.5 ਲੱਖ ਰੁਪਏ ਅਕਾਊਂਟ ਚ ਨਹੀਂ ਜੀ ਮਨਦੀਪ ਸਿੰਘ ਜੀ ਤੁਹਾਡੀ ਜਿਹੜੀ ਪ੍ਰੋਫਾਈਲ ਬਹੁਤ ਵੀਕ ਹੈ ਕਿਉਂਕਿ ਤੁਹਾਡੇ ਕੰਮ ਮੈਂ 100 ਰੁਪਿਆ ਸੈਲਰੀ ਹੈ ਤੇ 1.5 ਲੱਖ ਰੁਪਏ ਤੁਹਾਡੇ ਅਕਾਊਂਟ ਚ ਹੈ ਤੁਹਾਡੀ ਪ੍ਰੋਫਾਈਲ ਬਹੁਤ ਵੀਕ ਹੈ ਇਸ ਪ੍ਰੋਫਾਈਲ ਤੇ ਵੀਜ਼ਾ ਨਹੀਂ ਲੱਗਣਾ ਸੋ ਤੁਸੀਂ ਆਪਦੀ ਪ੍ਰੋਫਾਈਲ ਇੰਪਰੂਵ ਕਰੋ ਆਪਦੀ ਇਨਕਮ ਇੰਪਰੂਵ ਕਰੋ ਫਿਰ ਅਪਲਾਈ ਕਰਿਓ ਤੁਸੀਂ ਰਣਜੀਤ ਸਿੰਘ ਲਿਖਦੇ ਨੇ ਗੁੱਡ ਮਾਰਨਿੰਗ ਸਰ ਸਰ ਮੈਂ ਇੱਕ ਸਰਵਿਸਮੈਨ ਹਾਂ ਤੇ ਮੇਰੀ ਪ੍ਰੋਫਾਈਲ ਵਿਚ ਲਾਸਟ 5 ਵੀਅਰ ਆਈਟੀਆਰ ਵੀ ਕਲੀਅਰ ਅਕਾਊਂਟਸ ਵਿੱਚ 30 ਲੱਖ ਹੈਗੇ ਨੇ ਜੀ ਔਰ ਸੈਲਰੀ ਵੀ ਆ ਰਹੀ ਹੈ ਜੀ ਕਿ ਮੇਰਾ ਕੈਨੇਡਾ ਦਾ ਫੈਮਿਲੀ ਹਾਂਜੀ ਲੱਗ ਸਕਦਾ ਹੈ ਜੇ ਤੁਹਾਡੀ ਸੈਲਰੀ ਵਧੀਆ ਆਈਟੀਆਰ ਚੰਗੀ ਹੈਗੀ ਹੈ ਜੀ ਤਾਂ ਤੁਸੀਂ ਆਪ ਦਾ ਫੈਮਿਲੀ ਵੀਜ਼ਾ ਜਿਹੜਾ ਉਹ ਲੈ ਸਕਦੇ ਹੋ ਜੀ ਮਲਿਕ ਆਸੀਫ ਲਿਖਦੇ ਨੇ ਸਰ ਮੈਂ ਪਾਕਿਸਤਾਨ ਸੇ ਹੂੰ ਇਸ ਵਕਤ ਯੂਈਏ ਆਬੀ ਦੇ ਬੀ ਮੈਂ ਹੂੰ ਕਿਉਂਕਿ ਵਾਈਟ ਕੋਰਸ ਵਾਈਟ ਹਾਰਸ ਕੈਨੇਡਾ ਦਾ ਵਰਕ ਪਰਮਿਟ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਕੀ ਹੈ ਦੇਖੋ ਟਾਈਮ ਤਾਂ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜੀ ਵਰਕ ਪਰਮਿਟ ਕਿਸੇ ਵੀ ਕੈਟਾਗਰੀ ਦਾ ਹੋਵੇ ਉਹਦੇ ਵਿੱਚ ਜਿਹੜਾ ਟਾਈਮ ਹੈਗਾ ਉਹ 32 ਵੀਕ ਦਾ ਜਿਹੜਾ ਟਾਈਮ ਹੈਗਾ ਉਹ ਇਸ ਟਾਈਮ ਲੱਗ ਰਿਹਾ ਹੈਗਾ ਜੀ ਸੋ ਤੁਸੀਂ ਜਿਹੜਾ ਹੈਗਾ ਉਦੋਂ ਤੱਕ ਤੁਸੀਂ ਵੇਟ ਕਰੋ ਅਗਲਾ ਕਮੈਂਟ ਹੈ ਜੀ ਹੁੰਦਲ ਬਾਈ ਦਾ ਲਿਖਦੇ ਨੇ ਸਰ ਜੋ ਐਮ ਐਸ ਐਮ ای ਤੋਂ ਇਲਾਵਾ ਬਿਜ਼ਨਸ ਅਸੋਸੀਏਸ਼ਨ ਹੁੰਦਾ ਹੈ ਪੰਜਾਬ ਸਟੇਟ ਦਾ ਉਹਦਾ ਕਿਵੇਂ ਬਣੀਦਾ ਹੈਗਾ ਉਹ ਤੁਸੀਂ ਇੱਕ ਫਾਰਮ ਨੰਬਰ 18 ਹੁੰਦਾ ਜੀ ਜਿਹੜਾ ਲੇਬਰ ਡਿਪਾਰਟਮੈਂਟ ਦੇ ਰਜਿਸਟਰ ਹੁੰਦਾ ਤੁਸੀਂ ਉੱਥੇ ਆਪਦਾ ਜਿਹੜਾ ਬਿਜ਼ਨਸ ਰਜਿਸਟਰ ਕਰਾ ਸਕਦੇ ਹੋ ਜ਼ਕਰਿਆ ਬॉयਜ਼ ਲਿਖ ਦਿਨੇ ਸਸ ਸੇਕਰ ਭਾਜੀ ਗੁੱਡ ਗੁੱਡ ਇਨਫੋਰਮੇਸ਼ਨ ਪਲੀਜ਼ ਦੱਸਿਓ ਮੇਰੀ ਸੈਲਰੀ 78000 ਹੈ ਮੇਰੀ ਸੈਲਰੀ ਅਕਾਊਂਟ ਵਿੱਚ ਆ ਰਹੀ ਹੈ ਪਰ ਮੇਰੇ ਅਕਾਊਂਟ ਵਿੱਚ ਮੰਥਲੀ 1.5 ਲੱਖ ਆਪ ਡਾਊਨ ਹੁੰਦਾ ਹੈ ਇਸ ਟਾਈਮ ਸੋ ਮੇਰੇ ਅਕਾਊਂਟ ਵਿੱਚ 4-5 ਲੱਖ ਹੈ 4 ਮੰਥ 4 ਮੰਥ ਦਾ ਹੈਗਾ ਜੀ ਮੇਰੇ ਅਕਾਊਂਟ ਦੇ ਵਿੱਚ ਠੀਕ ਹੈ ਜੀ ਵਿੱਚ ਦੱਸਿਓ ਮੈਂ ਅਪਲਾਈ ਕਰਾਂ ਜਾਂ ਅਜੇ ਵੇਟ ਕਰਾਂ ਕੰਪਨੀ ਨੇ ਮੈਨੂੰ 12 ਸਾਲ ਦਾ ਐਕਸਪੀਰੀਅੰਸ ਲੈਟਰ ਦਿੱਤਾ ਹੈ 9 ਆਬਜੈਕਸ਼ਨ ਲੈਟਰ ਵੀ ਹੈਗਾ 60 ਲੱਖ ਦੀ ਪ੍ਰਾਪਰਟੀ ਹੈ ਠੀਕ ਹੈ ਜੀ ਜਗਰੀਆ ਸਾਹਿਬ ਤੁਹਾਡਾ ਵਧੀਆ ਸੈਲਰੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਦੇਖੋ ਜਿਸ ਦੀ ਵੀ ਸੈਲਰੀ ਵਧੀਆ ਹੁੰਦੀ ਹੈ ਜੀ ਉਹ ਅਪਲਾਈ ਕਰ ਸਕਦਾ ਹੈ ਤੁਹਾਡਾ ਜੀ ਇਨਕਮ ਦਾ ਸੋਰਸ ਸੰਬੰਧ ਇਹ ਤੁਸੀਂ ਅਪਲਾਈ ਕਰ ਸਕਦੇ ਹੋ ਦਵਿੰਦਰ ਧਾਲੇਵਾ ਲਿਖਦੇ ਨੇ ਸਰ ਮੇਰੀ ਮਮ ਡੈ ਟੂਰਿਸਟ ਵੀਜ਼ਾ ਅਪਲਾਈ ਕਰਿਆ ਹੋਇਆ ਹੈ ਸਿਸਟਰ ਕੈਨੇਡਾ ਪੀਆਰ ਨੇ 8 ਨਵੰਬਰ ਨੂੰ ਬਾਇਓਮੈਟ੍ਰਿਕ ਹੋਈ ਹੈ ਅਪਡੇਟ ਹੋ ਗਈ ਹੈ ਕਦੋਂ ਤੱਕ ਰਿਜ਼ਲਟ ਆਏਗਾ ਹਲੇ ਟਾਈਮ ਲੱਗੇਗਾ ਜੀ ਨਵੰਬਰ ਨਾਲ ਦਾ ਰਿਜ਼ਲਟ ਜਿਹੜਾ ਉਹ ਜਨਵਰੀ ਐਂਡ ਆ ਫਰਵਰੀ ਚ ਆਏਗਾ ਸੋ ਤੁਸੀਂ ਵੇਟ ਕਰ ਲਿਓ ਦਜਿੰਦਰ ਸਿੰਘ ਦਾ ਅਗਲਾ ਕਮੈਂਟ ਹੈ ਰਿਸਪੈਕਟਡ ਸਰ ਮੈਂ ਫੈਮਿਲੀ ਵੀਜ਼ਾ ਕੈਨੇਡਾ ਤੇ ਅਪਲਾਈ ਕਰਨਾ ਚਾਹੁੰਦਾ ਹਾਂ ਵਿੰਦਰ ਸਪੌਂਸਰ ਮੇਰੇ ਡਾਕੂਮੈਂਟ ਰੈਡੀ ਹੈ ਅਕੋਰਡਿੰਗ ਟੂ ਯੂアドਵਾਈਸ ਕਿ ਅਸੀਂ ਫੈਮਿਲੀ ਵੀਜ਼ਾ ਪੋਸੀਬਲ ਹੈ ਹਸਬੰਡ ਵਾਈਫ ਐਂਡ 3 ਇਅਰ ਬੇਟੀ ਦੇਖੋ ਜੀ ਜੇ ਫੈਮਿਲੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਪ੍ਰੋਫਾਈਲ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ ਤੁਸੀਂ ਤਜਿੰਦਰ ਜੀ ਆਪਦੀ ਪ੍ਰੋਫਾਈਲ ਇਕ ਵਾਰੀ ਮੇਰੇ ਨਾਲ ਡਿਸਕਸ ਕਰ ਲਿਓ ਫਿਰ ਆਪਾਂ ਦੇਖ ਲਾਂਗੇ ਕਿ ਕਿੰਨੇ ਕੁ ਤੁਹਾਡੇ ਚਾਂਸਸ ਹੈਗੇ ਨੇ ਜੀ ਵੀਰਿੰਦਰ ਸਿੰਘ ਲਿਖਦੇ ਨੇ ਇੰਦਰ ਜੀ ਸਰ ਪਲੀਜ਼ ਅਨਸਰ ਥਿਸ ਕੁਐਸਚਨ ਆਈ ਆਈ आईआरसीसी यूजिंग टूल्स इनकॉनक अफेयर इंटेलिजेंस कंप्यूटर डिसीजन मेकिंग कनाडा टूरिस्ट वीजा रिफ्यूजल रेट देखो इस तरह दी कोई जानकारी ਨਹੀਂ ਹੈਗੀ ਜੀ ਇਹ টেকਨਕਲ ਗੱਲਾਂ ਨੇ ਇਹਦੇ ਬਾਰੇ ਮੈਨੂੰ ਜਿਹੜਾ ਹੈਗਾ ਨਹੀਂ ਕੋਈ ਨੌਲੇਜ ਇਹਦੇ ਬਾਰੇ ਮੈਨੂੰ ਨਹੀਂ ਪਤਾ ਪ੍ਰਿੰਸ ਰਠੌਰ ਲਿਖਦੇ ਨੇ ਭਾਜੀ ਕੈਨੇਡਾ ਇਮੀਗ੍ਰੇਸ਼ਨ 에어ਪੋਰਟ ਤੇ ਕੀ ਕੀ ਕੁਐਸਚਨ ਪੁੱਛਦੇ ਨੇ ਜੀ ਕੀ ਕੀ ਪੁੱਛਦੇ ਨੇ ਟੂਰਿਸਟ ਵੀਜ਼ਾ ਐਂਡ ਇੰਡੀਆ 에어ਪੋਰਟ ਤੋਂ ਕੈਨੇਡਾ 에어ਪੋਰਟ ਵਿੱਚ ਡਾਕੂਮੈਂਟ ਵੀ carry ਹੁੰਦੇ ਨੇ ਦੇਖੋ ਜਦੋਂ ਵੀ ਤੁਸੀਂ ਚਾਹੇ ਇੰਡੀਅਨ ਅਰਪੋਰਟ ਤੇ ਜਾਓ ਜਾਂ ਕੈਨੇਡਾ 에ਰਪੋਰਟ ਤੇ ਜਾਓ ਡਾਕੂਮੈਂਟ ਕੈਰੀ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੁੰਦੀ ਤੁਸੀਂ ਜਿਹੜਾ ਕੁਝ ਆਪਣੇ ਫਾਰਮ ਦੇ ਵਿੱਚ ਭਰਿਆ ਹੁੰਦਾ ਜੀ ਉਹਦੇ ਮੁਤਾਬਿਕ ਤੁਸੀ ਅਨਸਰ ਕਰਨਾ ਹੁੰਦਾ ਹੈਗਾ ਸੋ ਜੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਜਿਹੜੀ ਫਾਈਲ ਹੈ ਕਿਸ ਬੇਸ ਤੇ ਲੱਗੀ ਸੀ ਤੁਸੀਂ ਕਿਸ ਬੇਸ ਤੇ ਜਾ ਰਹੇ ਹੋ ਸਪான்ਸਰ ਤੇ ਜਾ ਰਹੇ ਹੋ ਜਾਂ ਹੋਟਲ ਬੁਕਿੰਗ ਤੇ ਜਾ ਰਹੇ ਹੋ ਹਾਂ ਜੇ ਹੋਟਲ ਬੁਕਿੰਗ ਤੇ ਜਾ ਰਹੇ ਤਾਂ ਹੋਟਲ ਦੀ ਬੁਕਿੰਗ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਰਿਟਰਨ 에ਅਰ ਟਿਕਟ ਹੋਣੀ ਚਾਹੀਦੀ ਹੈ ਬਾਕੀ ਜੋ ਤੁਹਾਨੂੰ ਸਵਾਲ ਕਰਦੇ ਨੇ ਉਹ ਤੁਹਾਡੀ ਐਪਲੀਕੇਸ਼ਨ ਦੇ ਵਿੱਚੋਂ ਹੀ ਤੁਹਾਨੂੰ ਸਵਾਲ ਜਿਹੜੇ ਹੈਗੇ ਨੇ ਉਹ ਕਰਦੇ ਨੇ ਸੋ ਤੁਸੀਂ ਉਸ ਮੁਤਾਬਕ ਉਹ ਦਾ ਅਨਸਰ ਕਰਨਾ ਹੁੰਦਾ ਹੈਗਾ ਜੀ ਅਦਿਤੀ ਅਰਵੇ ਲਿਖਦੇ ਨੇ ਸਰ ਮੇਰਾ ਬੈਂਕ ਮੇਰਾ ਬਲੈਕ ਪਾਸਪੋਰਟ ਹੈ ਤੇ ਯੂ ਐਸ اے ਵੀਜ਼ਾ ਲਗਾ ਸਕਦੇ ਆ ਕਿਆ ਦੇਖੋ ਯੂ ਐਸ اے ਵਿੱਚ ਚਾਹੇ ਥੋੜਾ ਫਰੈਸ਼ ਪਾਸਪੋਰਟ ਹੋਵੇ ਚਾਹੇ ਹਿਸਟਰੀ ਹੋਵੇ ਤੁਹਾਡੀ ਇੰਟਰਵਿਊ ਹੁੰਦੀ ਹੈ ਜੇ ਤੁਸੀਂ ਇੰਟਰਵਿਊ ਵਧੀਆ ਤਰੀਕੇ ਨਾਲ ਕਰਦੇ ਹੋ ਤਾਂ ਤੁਹਾਡਾ ਵੀਜ਼ਾ ਲੱਗਣ ਦੇ ਚਾਂਸਸ ਹੁੰਦੇ ਨੇ। ਅਗਲਾ ਕਮੈਂਟ ਹੈ ਜਤਿੰਦਰ ਢਿੱਲੋ ਦਾ ਲਿਖਦੇ ਨੇ ਸਰ 7 ਦਸੰਬਰ ਕੋ ਬਾਇਓਮੈਟ੍ਰਿਕ ਹੋਈ ਹੈ ਵਿਜ਼ਟਰ ਪਲਾਨ ਚਾਰ ਜਨਵਰੀ ਤੋਂ 24 ਜਨਵਰੀ ਦਾ ਹੈ ਕਦੋਂ ਤੱਕ ਰਿਜ਼ਲਟ ਆ ਸਕਦਾ ਹੈ ਹੁਣ ਤਾਂ ਦੇਖੋ ਤੁਹਾਡਾ ਪਲਾਨ ਨਿਕਲ ਚੁੱਕਿਆ ਜੀ ਸੋ ਰਿਜ਼ਲਟ ਤੁਹਾਡਾ ਜਨਵਰੀ ਤੱਕ ਆਏਗਾ ਸੋ ਵੇਟ ਤੁਸੀਂ ਕਰ ਸਕਦੇ ਹੈਗੇ ਹੋ। ਅਗਲਾ ਕਮੈਂਟ ਹੈ ਜੀ ਇਸ਼ੂ ਦਾ ਇਸ਼ੂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਮੇਰੀ ਮੰਮੀ ਸਿੰਗਲ ਹੈ 60 ਪਲੱਸ ਹੈ ਆ और गवर्नमेंट जॉब से रिटायर हुई है कोई जॉब या बिजनेस नहीं है मैं एक ही सन हूं जो कनेडा में पीआर पर गया हुआ हूं एक मंथ पहले मम्मी की मम्मी की बैंक प्रोफाइल अच्छी है टॉपर्टी भी अच्छी है इंडिया में वीज़ा मिल जाएगा अगर अप्लाई करना हाँ जी आप बाहर हो तो आपकी स्पॉन्सर पे वीज़ा मिल सकता है जी कोई इशू नहीं है मदर के लिए ज़रूरी नहीं है कि मदर या फादर के लिए उनकी कोई एम्प्लॉयमेंट हो यदि नहीं भी है तब भी मदर फादर को वीज़ा मिल जाता है बैंक स्टेटमेंट चाहिए होती है बैंक स्टेटमेंट है तो आप अप्लाई कर सकते हैं वीज़ा तो मिल जाएगा लवली टिल्लो लिख देने सर नैनी वीज़ा न्यू रूल्स दो हज़ार बाई या है ਬਲੱਡ ਰਿਲੇਸ਼ਨ ਮੇਂ ਕੀਆ ਸਪੌਂਸਰ ਕਰ ਸਕਤੇ ਹੈਂ ਬਲੱਡ ਰਿਲੇਸ਼ਨ ਮੇਂ ਸਪੌਂਸਰ ਨਹੀਂ ਹੁੰਦੀ ਜੀ ਬਲੱਡ ਤੋਂ ਬਾਹਰ ਜੇ ਤੁਸੀਂ ਹੈਗੇ ਹੋ ਤਾਂ ਹੀ ਸਪੌਂਸਰ ਲੈ ਸਕਦੇ ਹੋ ਹਰਸ਼ਿਤ ਪੁੱਤ ਲਿਖ ਦੇਨੇ ਸਾਹਿਬ ਮੇਰਾ ਪਾਪਾ ਸਾਹਿਬ ਗਵਰਨਮੈਂਟ ਜੌਬ ਤੇ ਮੇਰੇ ਫਾਦਰ ਸਾਹਿਬ ਸ਼ਾਰਟ ਦੇ ਵਿੱਚ ਲਿਖ ਦੇ ਦਿਓ ਤੁਸੀਂ ਫੁੱਲ ਲਿਖਿਆ ਕਰੋ ਇਹ ਲਿਖਦੇ ਨੇ ਮੇਰੇ ਫਾਦਰ ਸਾਹਿਬ ਗਵਰਨਮੈਂਟ ਜੌਬ ਤੇ ਹੈਗੇ ਨੇ ਐਫ 16 1 ਲੱਖ 39000 ਦਾ ਹੈ ਓਨਲੀ 5 ਮੰਨ ਦੀ ਆਈਟੀਆਰ ਹੈ 1 ਇਅਰ ਹੀ ਹੋਇਆ ਹੈ ਗਵਰਨਮੈਂਟ ਜੌਬ ਕੋ ਅਪਲਾਈ ਪਹਿਲੇ ਉਹ ਪ੍ਰਿੰਸੀਪਲ ਬੇ ਪ੍ਰਾਈਵੇਟ ਕਾਲਜ ਮੇ ਥੇ ਉਸੇ ਕੇ ਟੇਅਰ ਹੈ ਮੇਰਾ ਕੁਤਤਾ ਬਿਜ਼ਨਸ ਹੈ ਤੇ ਮੇਰੀ ਟੇਅਰ 5 ਲੱਖ ਦੀ ਹੈਗੀ ਹੈ ਠੀਕ ਹੈ ਜੇ ਤੁਹਾਡੀ ਉਹਨਾਂ ਦੀ ਵਧੀਆ ਸੈਲਰੀ ਹੈਗੀ ਹੈ ਤੁਹਾਡੇ ਫਾਦਰ ਸਾਹਿਬ ਵੀ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੈਗੇ ਹੋ ਜੀ ਅਗਲਾ ਕਮੈਂਟ ਜੀ ਇਨਸਪੈਕਟਰ ਆਪਰੇਸ਼ਨ ਦਾ ਫਾਈਲ ਸਮੂਟ ਕਰਨੇ ਕਿ ਕਿਤਨੇ ਟਾਈਮ ਮੇ ਵੀਜ਼ਾ ਆ ਜਾਂਦਾ ਹੈ ਐਮਬੈਸੀ ਕਿੰਨਾ ਟਾਈਮ ਲੈਂਦੀ ਹੈ ਰਿਜ਼ਲਟ ਤੱਕ ਦੇਖੋ ਜੀ ਆਪਾਂ ਕੈਨੇਡਾ ਦੇ ਮੈਸੇਜ ਦੀ ਗੱਲ ਕਰੀਏ ਮੈਕਸਿਮ 40 ਡੇ ਦਾ ਸਮਾਂ ਉਹ ਲੈ ਰਹੀ ਹੈ ਸੋ 40 ਡੇਸ ਤੁਹਾਨੂੰ ਜਿਹੜਾ ਹੈਗਾ ਉਹ ਵੇਟ ਕਰਨੀ ਪੈਂਦੀ ਹੈਗੀ ਹੈ ਜੀ ਅਗਲਾ ਕਮੈਂਟ ਜੀ ਬਤੀਜਾ ਜਸ ਦਾ ਲਿਖਦੇ ਨੇ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਜੀ ਮੈਨੂੰ ਦੱਸਣਾ ਜੀ ਮੇਰੀ ਵਾਈਫ ਜੂਨ 2021 ਵਿੱਚ ਚਲੀ ਗਈ ਸੀ ਕੈਨੇਡਾ ਐਮਬੀਏ ਲਈ ਮੇਰੀ ਫਾਈਲ ਲੱਗੀ ਸੀ ਅਕਤੂਬਰ ਦੇ ਵਿੱਚ ਹ ਹੁਣ ਮੈਂ ਸੋਚ ਰਿਹਾ ਜੀ ਵੀਜ਼ਾ ਲਵਾ ਜਮਾ ਵੀਜ਼ਾ ਆ ਜਾਵੇਗਾ ਨੈਗਟਿਵ ਇਮਪੈਕਟ ਤਾਂ ਨਹੀਂ ਪਏਗਾ ਸੋ ਕਿੰਨੇ ਕੁ ਚਾਂਸਸ ਨੇ ਬ੍ਰਦਰ ਦੇਖੋ ਹਲੇ ਤੁਸੀਂ ਨਾ ਪੰਗਾ ਲਓ ਜਿਹੜਾ ਤੁਹਾਡਾ ਓਪਨ ਵਰਕ ਪਰਮਿਟ ਦਾ ਲੱਗਿਆ ਹੋਇਆ ਫਾਈਲ ਉਸੇ ਨੂੰ ਤੁਸੀਂ ਹਲੇ ਦੇਖੋ ਹਲੇ ਟੂਰਿਸਟ ਵੀਜ਼ਾ ਦਾ ਪੰਗਾ ਤੁਸੀਂ ਨਾ ਲਿਓ ਜਸਪਰੀ ਸਿੰਘ ਬਲੌ ਲਿਖਦੇ ਨੇ ਜਸਪਰੀ ਸਿੰਘ ਬਲੌ ਲਿਖਦੇ ਨੇ ਵੀਰ ਜੀ ਮੇਰੀ ਜੁਲਾਈ 2021 ਦੇ ਵਿੱਚ ਕੈਨੇਡਾ ਬਾਇਓਮੈਟ੍ਰਿਕ ਹੋ ਗਈ ਸੀ ਮੇਰਾ ਕੈਨੇਡਾ ਟੂਰਿਸਟ ਵੀਜ਼ਾ ਅਪਲਾਈ ਕੀਤਾ ਸੀ ਮਗਰ ਅਜੇ ਤੱਕ ਕੋਈ ਮੇਲ ਆਇਆ ਹੀ ਨਹੀਂ ਹੈ ਕੋਈ ਮੈਸੇਜ ਨਹੀਂ ਆਇਆ ਮੈਨੂੰ ਹੁਣ ਕੀ ਕਰਨਾ ਚਾਹੀਦਾ ਥੋੜੀ ਜੁਲਾਈ ਚ ਲੱਗੀ ਸੀ ਤੁਸੀਂ ਆ 15 ਜਨਵਰੀ ਤੱਕ ਦੇਖ ਲਓ ਜੇ ਆ ਜਾਂਦਾ ਤਾਂ ਵਧੀਆ ਗੱਲ ਹੈ ਨਹੀਂ ਆਪਣਾ ਤੁਸੀਂ ਦੁਬਾਰਤੋਂ ਵੀਜ਼ਾ ਅਪਲਾਈ ਕਰ ਸਕਦੇ ਹੋ ਸੋ ਦੋਸਤੋ ਇਹ ਤੁਹਾਡੇ ਕਮੈਂਟ ਸੀਗੇ ਮੇਰੇ ਜਵਾਬ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ